ਲਹਿੰਦੇ ਪੰਜਾਬ ਦਾ ਸ਼ਹਿਰ 라ਵਲਪਿੰਡੀ ਜਿਹੜਾ ਕਿ ਕਈ ਸਦੀਆਂ ਹਮਲਾ ਆਵਰਾਂ ਦਾ ਨਿਸ਼ਾਨਾ ਬੰਦਾ ਰਿਹਾ ਇਹ ਸਿਕੰਦਰ اعظم ਮੰਗੋਲੀਆਂ ਕਨਕਸ਼ਾਵਾਂ ইরਾਨੀਆਂ ਅਰਬਾਂ ਅਫਗਾਨਾਂ ਮੁਗਲਾਂ ਤੁਰਕਾਂ ਸਿੱਖਾਂ ਅੰਗਰੇਜ਼ਾਂ ਤੇ ਇਹ ਜੇ ਕਈ ਵਾਰਲੇ ਹਮਲਾ ਆਵਰਾਂ ਨੇ ਇਸ ਸ਼ਹਿਰ ਤੇ ਆਪਣੇ ਆਪਣੇ ਵੇਲੇ ਚੜਾਈ ਕੀਤੀ ਤੇ ਕਈਆਂ ਨੇ ਇਹਨੂੰ ਬਿਲਕੁਲ ਤਬਾਹ ਕਰ ਦਿੱਤਾ ਪਰ ਅੱਜ ਵੀ ਇਹ ਸ਼ਹਿਰ ਆਬਾਦੀ ਦੇ ਲਿਹਾਜ਼ ਨਾਲ ਪਾਕਿਸਤਾਨ ਦਾ ਚੌਥਾ ਵੱਡਾ ਸ਼ਹਿਰ ਹੈ ਅਸੀਂ ਤੁਹਾਨੂੰ ਅੱਜ ਇਸ ਸ਼ਹਿਰ ਦੀ ਮੁਕੰਮਲ ਕਲ ਸੈਰ ਕਰਵਾਂਦੇ ਆਂ 라ਵਲਪਿੰਡੀ ਸਤਾ ਮੁ르ਤਫਾ ਪੋਠਵਾਰ ਵਿੱਚ ਵਾਕਿਆ ਹੈ ਹਿਮਾਲਿਆ ਪਹਾੜਾਂ ਦੇ ਆਖਰੀ ਸਿਲਸਲੇ ਮਾਰਗਲਾ ਪਹਾੜੀ ਦੇ ਖਤਮ ਹੁੰਦਿਆਂ ਹੀ ਇਹਦੀਆਂ ਨੀਆਂ ਸ਼ੁਰੂ ਹੋ ਜਾਂਦੀਆਂ ਨੇ ਕਦੀ اسلام آباد ਵੀ 라ਵਲਪਿੰਡੀ ਦਾ ਹਿੱਸਾ ਹੁੰਦਾ ਸੀ ਪਰ 1961 ਵਿੱਚ ਪਿੰਡੀ ਤੋਂ ਜਗਾ ਲੈ ਕੇ ਪਾਕਿਸਤਾਨ ਦੇ ਸ਼ਹਿਰ اسلام آباد ਦਾ ਮਨਸੂਬਾ ਬਣਾਇਆ ਗਿਆ ਸੀ ਰਾਵਲਪਿੰਡੀ ਸ਼ਹਿਰ ਵਿੱਚੋਂ 3000 ਸਾਲ ਪੁਰਾਣੇ ਆਬਾਦੀ ਦੇ ਨਿਸ਼ਾਨ ਲੱਭੇ ਨੇ ਇਹਦੇ ਇੱਕ ਇਲਾਕੇ ਮੋਰਗਾ ਵਿੱਚੋਂ ਖੁਦਾਈ ਦੇ ਦੌਰਾਨ ਪੱਥਰ ਦੇ ਵਿਲੇ ਦੀਆਂ ਸ਼ਿਵਾਂ ਲੱਭੀਆਂ ਨੇ ਜਿਹਦੇ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਸ਼ਹਿਰ ਕਟੋ-ਕਟ 3000 ਸਾਲ ਪੁਰਾਣਾ ਹੈ 라ਵਲਪਿੰਡੀ ਸ਼ਹਿਰ اسلام آباد ਦਾ ہمسਾਇਆ ਸ਼ਹਿਰ ਹੈ ਜਦ ਕਿ ਇਹਦੇ ਨੇੜੇ ਟੈਕਸਲਾ ਦੀ ਆਬਾਦੀ ਹੈ ਜਿਹੜੀ ਕਿ ਬੁੱਧਾ ਦੌਰ ਵਿੱਚ ਇਲਮੀ ਲਿਹਾਜ਼ ਨਾਲ ਬੜੀ ਮਸ਼ਹੂਰ ਹੁੰਦੀ ਸੀ ਕਿਆ ਜਾਂਦਾ ਹੈ ਕਿ ਦੁਨੀਆ ਦੀ ਪਹਿਲੀ ਯੂਨੀਵਰਸਿਟੀ ਵੀ ਇੱਥੇ ਹੀ ਹੁੰਦੀ ਸੀ ਜਿੱਥੇ ਪੂਰੀ ਦੁਨੀਆ ਤੋਂ ਲੋਕੀ ਪੜਨ ਮੱਦੀ ਦੇ ਸ਼ੁਰੂ ਵਿੱਚ ਇਹਨੂੰ ਤਬਾਹ ਕੀਤਾ ਸੀ ਜਿਸ ਤੋਂ ਬਾਅਦ ਇੱਥੇ ਦੇ ਮੁਕਾਮੀ ਗਖੜਾਂ ਦੇ ਇੱਕ ਸਰਦਾਰ ਝੰਡੇ ਖਾਨ ਨੇ 1453 ਵਿੱਚ ਇਹਨੂੰ ਦੁਬਾਰਾ ਆਬਾਦ ਗਖੜ ਮੁਗਲਾਂ ਦੇ ਦੋਸਤ ਸੀ ਜਿਹਦੀ ਵਜ੍ਹਾ ਤੋਂ ਉਹਨਾਂ ਨੇ ਇੱਥੇ ਲੰਬੇ ਅਰਸੇ ਤੱਕ ਹਕੂਮਤ ਕੀਤੀ ਮੁਗਲਾਂ ਦੇ ਵੇਲੇ ਵਿੱਚ ਇਹ ਸ਼ਹਿਰ ਮੁਗਲਾਂ ਦੀ ਹਕੂਮਤ ਲਈ ਇੱਕ ਚੌਕੀ ਦੀ ਹیثیت ਰੱਖਦਾ ਸੀ ਗਖੜਾਂ ਨੇ ਰਵਾਦ ਦੇ ਕੋਲ ਜੀਟੀ ਰੋਡ ਦੇ ਨਾਲ ਇੱਕ ਸਰਾਈ ਬਣਵਾਈ ਬਾਅਦ ਵਿੱਚ ਇੱਥੇ ਇੱਕ ਕਿਲਾ ਵੀ ਬਣਵਾਇਆ ਜਿਹੜਾ ਕਿ ਅੱਜ ਵੀ ਕਿਲਾ ਰਵਾਦ ਦੇ ਨਾਮ ਨਾਲ ਮੌਜੂਦ ਹੈ ਉਸ ਵੇਲੇ ਦੇ ਗਖੜ ਸਰਦਾਰ ਸੁਲਤਾਨ ਸਾਰੰਗ ਨੇ ਸ਼ੇਰ ਸ਼ਾ ਸੂਰੀ ਦੇ ਖਿਲਾਫ ਜੰਗ ਵਿੱਚ ਮੁਗਲਾਂ ਦਾ ਸਾਥ ਦਿੱਤਾ ਸੀ ਜਿਸ ਤੋਂ ਬਾਅਦ ਸੁਲਤਾਨ ਸਾਰੰਗ ਪਿੰਡੀ ਦੇ ਨੇੜੇ ਮੰਕਿਆਲਾ ਦੇ ਤਾਰੀਖੀ ਮੁਕਾਮ ਤੇ ਸ਼ੇਰ ਸ਼ਾਹ ਸੂਦ ਨੇ ਗਖੜਾ ਨੇ ਇਸ ਤੋਂ ਇਲਾਵਾ ਇੱਕ ਹੋਰ ਕਿਲਾ ਬਣਵਾਇਆ ਜਿਹੜਾ ਕਿ 라ਵਲ ਪਿੰਡੀ ਤੋਂ 40 ਕਿਲੋਮੀਟਰ ਦੂਰ ਹੈ ਇਸ ਕਿਲੇ ਦਾ ਨਾਮ ਕਿਲਾ ਫਰਵਾਲਾ ਹੈ ਇਸ ਕਿਲੇ ਦੇ ਨਿਸ਼ਾਨ ਅੱਜ ਵੀ ਮੌਜੂਦ ਨੇ ਤੇ ਇਸ ਕਿਲੇ ਵਿੱਚ ਉਸ ਵੇਲੇ ਆਬਾਦ ਹੋਣ ਵਾਲੇ ਕਈ ਖਾਨਦਾਨ ਅੱਜ ਵੀ ਇਹਦੇ ਅੰਦਰ ਰਹਿੰਦੇ ਨੇ ਇਸ ਕਿਲੇ ਨੂੰ ਮੁਗਲਾਂ ਨੇ ਪਿੰਡੀ ਸ਼ਹਿਰ ਤੇ ਕਬਜ਼ੇ ਵੇਲੇ ਗਖੜਾ ਕੋਲ ਖੋਹ ਲਿਆ ਸੀ ਪਰ ਗਖੜਾ ਨਾਲ 16 ਤੋਂ ਬਾਅਦ ਮੁਗਲਾਂ ਨੇ ਇਹਨੂੰ ਵਾਪਸ ਕਰ ਦਿੱਤਾ ਸੀ ਹਿੰਦੁਸਤਾਨ ਦੇ عظیم ਮੁਗਲ ਬਾਦਸ਼ਾਹ ਸ਼ਹਿਨशाह ਅਕਬਰ ਨੇ ਵੀ 1585 ਵਿੱਚ 라ਵਲਪਿੰਡੀ ਦਾ ਦੌਰਾ ਕੀਤਾ ਉਹ 13 ਸਾਲ ਤੱਕ ਪਿੰਡੀ ਦੇ ਨੇੜੇ-ਨੇੜੇ مختلف ਇਲਾਕਿਆਂ ਵਿੱਚ ਰਹੇ ਸ਼ਹਿਨशाह ਅਕਬਰ ਦੇ ਇੱਥੇ ਆਉਣ ਦਾ ਮਕਸਦ ਮੁਗਲ ਸਲਤਨਤ ਦੀਆਂ ਸਰਹੱਦਾਂ ਨੂੰ ਮਹਫੂਜ਼ ਬਣਾਉਣਾ ਸੀ 1559 ਵਿੱਚ ਉਸ ਵੇਲੇ ਦੇ ਗਖੜ ਸਰਦਾਰ ਕਮਾਲ ਖਾਨ ਦੀ ਮੌਤ ਤੋਂ ਬਾਅਦ ਗਖੜਾ ਵਿੱਚ ਖਾਨਾ ਜੰਗੀ ਦੀ ਸੂਰਤ-ਏ-ਹਾਲ ਪੈਦਾ ਹੋ ਗਈ ਮਾਮਲੇ ਨੂੰ ਵੇਖਦੇ ਹੋਏ ਮੁਗਲ ਬਾਦਸ਼ਾਹ ਨੇ ਪਿੰਡੀ ਦਾ ਹੁਕਮਰਾਨ ਗਖੜਾ ਦੇ ਸਰਦਾਰ ਸੈਦ ਖਾਨ ਨੂੰ ਬਣਾ ਦਿੱਤਾ 1622 ਵਿੱਚ ਇੱਕ ਹੋਰ ਮੁਗਲ ਬਾਦਸ਼ਾਹ ਸ਼ਹਿਨशाह ਜਹਾਂਗੀਰ ਨੇ ਵੀ ਪਿੰਡੀ ਦਾ ਦੌਰਾ ਕੀਤਾ ਤੇ ਕੁਝ ਵੇਲੇ ਇੱਥੇ ਰੁਕਿਆ ਸੀ ਜਦੋਂ ਮੁਗਲ ਹਕੂਮਤ ਕਮਜ਼ੋਰ ਹੋਣਾ ਸ਼ੁਰੂ ਹੋਈ ਤੇ ਇਸ ਇਲਾਕੇ ਵਿੱਚ ਸਿੱਖਾਂ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ 1765 ਵਿੱਚ ਗਖੜਾ ਦੇ ਆਖਰੀ ਹੁਕਮਰਾਨ ਸਰਦਾਰ ਮੁਕਰਰਬ ਖਾਨ ਨੇ ਇਸ ਸ਼ਹਿਰ ਦਾ ਕਬਜ਼ਾ ਸਿੱਖ ਸਰਦਾਰ ਗੁਜਰ ਸਿੰਘ ਤੇ ਇਹਦੇ ਪੁੱਤਰ ਸਰਦਾਰ ਸਾਹਿਬ ਸਿੰਘ ਦੇ ਹਵਾਲੇ ਕਰ ਦਿੱਤਾ ਸਿਕ ਸਰਦਾਰ ਗੁਜਰ ਸਿੰਘ ਨੇ ਇਸ ਸ਼ਹਿਰ ਦਾ ਇੰਤਜ਼ਾਮ ਆਪਣੇ ਇੱਕ ਵਫਾਦਾਰ ਸਾਥੀ ਸਰਦਾਰ ਮੁਲਖਾ ਸਿੰਘ ਦੇ ਹਵਾਲੇ ਕਰ ਦਿੱਤਾ ਸਰਦਾਰ ਮੁਲਖਾ ਸਿੰਘ ਨੇ ਪਿੰਡੀ ਦੇ ਕਰੀਬੀ ਇਲਾਕਿਆਂ ਜੇਲਮ ਤੇ ਸ਼ਾਹਪੂਰ ਦੇ ਤਾਜਰਾਂ ਨੂੰ ਇਸ ਸ਼ਹਿਰ ਵਿੱਚ ਆਉਣ ਦੀ ਦਾਵਤ ਦਿੱਤੀ ਜਿਸ ਤੋਂ ਬਾਅਦ ਇਸ ਸ਼ਹਿਰ ਦੀ ਆਬਾਦੀ ਵਧਣਾ ਸ਼ੁਰੂ ਹੋ ਗਈ 170 ਵਿੱਚ ਇੱਥੇ 300 ਖਾਨਦਾਨ ਆਬਾਦ ਹੋ ਚੁੱਕੇ ਸੀ ਵੇਲੇ ਨੇ ਪਾਸਾ ਵਟਾਇਆ ਤੇ ਸਿੱਖਾਂ ਦੀਆਂ 12 ਮਿਸਲਾਂ ਦੇ ਹਕਮਰਾਨਾਂ ਨੇ ਆਪਸ ਦੀਆਂ ਲੜਾਈਆਂ ਮੁਕਾ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਆਪਣਾ ਹਕਮਰਾਨ ਬਣਾ ਲਿਆ ਮਹਾਰਾਜਾ ਰਣਜੀਤ ਸਿੰਘ ਨੇ ਮੁਲਖਾ ਸਿੰਘ ਦੇ ਪੁੱਤਰ ਨੂੰ ਇਸ ਇਲਾਕੇ ਦਾ ਗਵਰਨਰ ਬਣਾ ਦਿੱਤਾ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਵਿੱਚ ਇਸ ਇਲਾਕੇ ਵਿੱਚ ਸਿੱਖਾਂ ਦੀ ਆਬਾਦੀ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਗਈ ਪਿੰਡੀ ਦੇ ਕਰੀਬੀ ਇਲਾਕਿਆਂ ਗੁਜਰਖਾਨ ਰਵਾਤ ਤੇ ਕਲਰ ਸਿੱਧਾਂ ਵਿੱਚ ਕਈ ਪਿੰਡ ਸਿੱਖਾਂ ਨੇ ਆਬਾਦ ਕੀਤੇ ਜਦ ਕਿ ਪਿੰਡੀ ਸ਼ਹਿਰ ਵਿੱਚ ਵੀ ਸਿੱਖਾਂ ਦੀ ਆਬਾਦੀ ਵਿੱਚ ਇਜ਼ਾਫਾ ਹੋਇਆ ਤੇ ਨਾਲ ਹੀ 1839 ਵਿੱਚ ਇੱਥੇ ਯਹੂਦੀ ਖਾਨਦਾਨ ਵੀ ਆਬਾਦ ਹੋਣਾ ਸ਼ੁਰੂ ਹੋ ਗਏ 27 ਜੂਨ 1939 ਨੂੰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖਾਂ ਦੀ ਹਕੂਮਤ ਕਮਜ਼ੋਰ ਹੋਣਾ ਸ਼ੁਰੂ ਹੋ ਗਈ ਤੇ 29 ਮਾਰਚ 1849 ਵਿੱਚ ਰਾਜਾ ਸ਼ੇਰ ਸਿੰਘ ਤੇ ਚਤਾਰ ਸਿੰਘ ਨੇ ਪਿੰਡੀ ਦੇ ਕੋਲ ਹੀ ਅੰਗਰੇਜ਼ ਜਰਨਲ ਗਲਬਰਟ ਦੇ ਕੋਲ ਹਥਿਆਰ ਸੁੱਟ ਕੇ ਇਸ ਸ਼ਹਿਰ ਦਾ ਕਬਜ਼ਾ ਵੀ Angreja no dê dita.